ਵਿੱਚ ਹੋਏ ਦਰਦਨਾਕ ਹਾਦਸੇ ਦੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਬੀਤੀ ਦੇਰ ਸ਼ਾਮ ਨੂੰ ਜਲੰਧਰ ਦੇ ਨਕੋਦਰ ਰੋਡ ਨੇੜੇ ਭਿਆਨਕ ਕਾਰ ਹਾਦਸਾ ਵਾਪਰਨ ਕਰਕੇ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਹ ਦਰਦਨਾਕ ਹਾਦਸਾ ਨਕੋਦਰ ਰੋਡ 'ਤੇ ਸਥਿਤ ਆਰ ਕੇ ਢਾਬਾ ਨੇੜੇ ਵਾਪਰਿਆ, ਜਿਸ 'ਚ ਹੋਟਲ ਸੰਚਾਲਕ ਦੇ ਪੁੱਤਰ ਸਣੇ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋਈ ਹੈ। ਪੁਲਿਸ ਮੁਤਾਬਕ ਦੇਰ ਰਾਤ ਕਿਸੇ ਹੋਟਲ ਤੋਂ ਤਿੰਨ ਨੌਜਵਾਨ ਖਾਣਾ ਖਾ ਕੇ ਆਪਣੇ ਘਰ ਵੱਲ ਜਾ ਰਹੇ ਸਨ ਕਿ ਇੰਨੇ 'ਚ ਕਾਰ ਚਲਾ ਰਹੇ ਨੌਜਵਾਨ ਨੂੰ ਨੀਂਦ ਦੀ ਝਪਕੀ ਆ ਗਈ, ਜਿਸ ਕਰਕੇ ਕਾਰ ਬੇਕਾਬੂ ਹੋ ਕੇ ਪਲਟ ਗਈ ਅਤੇ ਖੰਭੇ ਨਾਲ ਜਾ ਟਕਰਾਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ 'ਤੇ ਹੀ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਜ਼ਖਮੀ ਹੋ ਗਿਆ। ਜਲੰਧਰ ਤੋਂ ਹਲਚਲ ਟੂਡੇ ਲਈ ਸ਼ੁਭਮ ਗਿੱਲ ਦੀ ਰਿਪੋਰਟ। ਇਹ ਰਾਤ ਉੱਥੇ ਇਕੱਠੇ ਨਾ ਹੋਟਲ 'ਚ ਆਪਦੇ ਰੋਟੀ ਖਾਧੀ ਆਪਦੇ ਦੋਸਤਾਂ ਨਾਲ, ਰਾਤ ਨੂੰ ਇੱਥੇ ਮੁੰਡੇ ਆਉਣ ਲੱਗੇ ਆ। ਜਦੋਂ ਆਉਂਦੇ ਪਏ ਸੀਗੇ ਲੇਟ ਜ਼ਿਆਦਾ ਸੀਗੇ ਅਤੇ ਨੀਂਦ ਆ ਗਈ ਆ ਅਤੇ ਕਾਰ ਵੱਜ ਕੇ, ਡਿਵਾਈਡਰ 'ਚ ਕਾਰ ਵੱਜ ਕੇ ਅਤੇ ਖੰਭੇ ਵੱਜ ਕੇ ਪਲਟ ਗਈ ਆ, ਜਿਹਦੇ ਕਰਕੇ ਇਹਨਾਂ ਦੀ ਮੌਤ ਹੋ ਗਈ। ਸਰ ਕਿੰਨੇ ਬੰਦੇ ਦੀ ਮੌਤ ਇਸ ਦੁਰਘਟਨਾ 'ਚ? ਤਿੰਨ ਜਣੇ ਸੀਗੇ। ਅੱਗੇ ਜਿਹੜਾ ਜਸਪ੍ਰੀਤ ਸਿੰਘ ਉਹ ਚਲਾ ਰਿਹਾ ਸੀਗਾ ਗੱਡੀ, ਅਤੇ ਅਮਿਤ ਚੌਹਾਨ ਜਿਹੜਾ ਉਹ ਅਗਲੀ ਸੀਟ 'ਤੇ ਨਾਲ ਬੈਠਾ ਸੀ, ਉਹਨਾਂ ਦੋ ਦੀ ਮੌਤ ਹੋ ਗਈ। ਅਤੇ ਜਿਹੜਾ ਮੁੰਡਾ ਅੰਮੀ ਨਾਲ ਉਹਨਾਂ ਦਾ ਬੇਟਾ ਸੀਗਾ ਹੋਟਲ ਦੇ ਵਿੱਚ, ਉਹਦੇ ਸੱਟ ਲੱਗੀ। ਅਤੇ ਜਿਹੜੇ ਹੁਣ ਜਿਹੜੇ ਮੁੰਡੇ ਨੇ ਸਾਰੇ ਕਿੱਥੇ ਕਿੱਥੇ ਦੇ ਨਿਵਾਸੀ ਨੇ ਜੀ? ਇਹ ਸਰ ਜਿਹੜਾ ਆਪਣੇ ਹੈਗਾ ਮੁੰਡਾ ਅਮਿਤ, ਇਹ ਹੈਗਾ ਵਾ ਮਧੂਬਨ ਕਲੋਨੀ ਦਾ, ਅਤੇ ਜਿਹੜਾ ਦੂਜਾ ਜਸਪ੍ਰੀਤ ਸੀਗਾ ਇਹ ਹੈਗਾ ਹੈ ਕਮਲ ਨਗਰ ਬਸਤੀ ਪੀਰ ਦਾ। ਕੋਈ ਇਹਨਾਂ ਨੇ ਕੋਈ ਛੋਟ ਤਾਂ ਨਹੀਂ ਕੀਤਾ, ਕੋਈ ਡਰਿੰਕ, ਕੋਈ ਮੈਡੀਕਲ ਹੋਇਆ ਹੋਵੇ? ਨਹੀਂ ਸਰ, ਇਹਨਾਂ ਦਾ ਹੁਣ ਡੈਥ ਹੋ ਗਈ ਸੀਗੀ ਅਤੇ ਇਹਨਾਂ ਦਾ ਹੁਣ ਪੋਸਟਮਾਰਟਮ ਕਰਾਂਗੇ, 176 ਦੀ ਕਾਰਵਾਈ ਕਰਾਉਣੀ ਚਾਹੁੰਦੇ। ਅਗਲੇ ਘਰ ਦੇ ਕਹਿੰਦੇ ਵੀ ਕੋਈ ਇਹਨਾਂ ਦਾ ਕਿਸੇ ਦਾ ਕਸੂਰ ਨੀਗਾ, ਅਸੀਂ 176 ਦੀ ਕਾਰਵਾਈ, ਕੋਈ ਕਾਰਵਾਈ ਨਹੀਂ ਹੋ ਸਕੇ ਇਹਦੇ ਖਿਲਾਫ਼ ਜਿਹੜੀ ਕਾਰਵਾਈ। ਠੀਕ ਹੈ।